ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਜਿਹੜੇ ਗੁਰੂ ਪਿਆਰੇ ਸਿੰਘ ਜੇਲ੍ਹਾਂ ਦੀਆਂ ਚਾਰਦੀਵਾਰੀਆਂ ਅੰਦਰ ਬੰਦ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਬਾਬਤ ਆਏ ਦਿਨ ਇਹ ਗੱਲ ਆਖੀ ਜਾਂਦੀ ਹੈ ਕਿ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਬਾਵਜੂਦ ਇਹਦੇ ਉਹਨਾਂ ਨੂੰ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚੋਂ ਰਿਹਾ ਨਹੀਂ ਕੀਤਾ ਜਾ ਰਿਹਾ ਤੁਸੀਂ ਅਕਸਰ ਨੋਟ ਕੀਤੀ ਹੋਵੇਗੀ ਗੱਲ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਜਾਂ ਜੇ ਕਿਸੇ ਨੇ ਉਹਨਾਂ ਦੀ ਰਿਹਾਈ ਦੀ ਗੱਲ ਕਰਨੀ ਹੋਵੇ ਜੇ ਕਿਸੇ ਦੇ ਜ਼ਿਹਨ ਵਿੱਚ ਉਹ ਬੰਦੀ ਸਿੰਘ ਹੋਣ ਤਾਂ ਜਦੋਂ ਤੁਸੀਂ ਉਹਨਾਂ ਬਾਬਤ ਗੱਲ ਕਰਦੇ ਹੋ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਹੋ ਤਾਂ ਉਸ ਵੇਲੇ ਤੁਹਾਡੇ ਚਿਹਰੇ ਦੇ ਉੱਪਰ ਹਾਸਾ ਨਹੀਂ ਹੁੰਦਾ ਹੈਗਾ ਤੁਹਾਡੇ ਚਿਹਰੇ ਉੱਪਰ ਇੱਕ ਗੰਭੀਰਤਾ ਹੁੰਦੀ ਹੈ ਇੱਕ ਰੋਸ ਹੁੰਦਾ ਹੈਗਾ ਇੱਕ ਗੁੱਸਾ ਹੁੰਦਾ ਹੈਗਾ ਉਸ ਹਕੂਮਤ ਦੇ ਪ੍ਰਤੀ ਜਿਹੜੀ ਹਕੂਮਤ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਂ ਨਹੀਂ ਕਰਦੀ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅੱਜ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚਦੇ ਆ ਉੱਥੇ ਜਾ ਕੇ ਪਿਛਲੇ ਜਿੰਦਾ ਕਾਫੀ ਸਮੇਂ ਤੋਂ ਉਹ ਗੱਲ ਕਰ ਰਹੇ ਆ ਕਾਫੀ ਤਾਂ ਨਹੀਂ ਆ ਪਿਛਲੇ ਥੋੜੇ ਜਿਹੇ ਸਮੇਂ ਤੋਂ ਵੈਸੇ ਮੇਰੇ ਕੋਲ ਕਾਫੀ ਲਫ਼ਜ਼ ਮੇਰੇ ਮੂੰਹ ਚੋਂ ਨਿਕਲ ਗਿਆ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਲੱਗ ਪਿਆ ਕਰਨ ਉਹ ਕਮਰ ਗਰੇਵਾਲ ਪੰਜਾਬੀ ਗਾਇਕ ਹੈਗੇ ਆ ਉਹਨਾਂ ਨੇ ਇੱਕ ਗੀਤ ਗਾਇਆ ਰਿਹਾਈ ਜਿਹੜਾ ਹਿੰਦ ਹਕੂਮਤ ਨੂੰ ਚੰਗਾ ਨਹੀਂ ਲੱਗਾ ਤੇ ਉਹਨੂੰ ਬਿਆਨ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਉਸ ਗੀਤ ਨੂੰ ਸੁਖਬੀਰ ਬਾਦਲ ਉੱਥੇ ਦਿੱਲੀ ਜਾ ਕੇ ਮਾਈਕ ਹੱਥ ਵਿੱਚ ਫੜਦੇ ਆ ਤੇ ਰਿਹਾਈ ਗੀਤ ਜਿਹੜਾ ਉਹ ਆਪ ਗਾਉਂਦੇ ਆ ਭਈ ਅਸੀਂ ਕਿਹੜਾ ਤੁਹਾਡੇ ਕੋਲੋਂ ਰਾਜ ਭਾਗ ਮੰਗਦੇ ਆ ਅਸੀਂ ਤੁਹਾਡੇ ਕੋਲੋਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਸੋ ਗੀਤ ਸੁਖਬੀਰ ਬਾਦਲ गा ਰਹੇ ਆ ਮੈਂ ਕੁਝ ਸਵਾਲ ਹੈਗੇ ਨੇ ਜ਼ਿਆਦਾ ਨਹੀਂ ਹੈ ਕੇਵਲ 3 ਸਵਾਲ ਸੁਖਬੀਰ ਬਾਦਲ ਅਤੇ ਉਹਨਾਂ ਦੀ ਪਾਰਟੀ ਦੇ ਜਿਹੜੇ ਵਰਕਰ ਹੈਗੇ ਨੇ ਵੱਡੇ ਅਹੁਦੇਦਾਰ ਨੇ ਚਾਹੇ ਛੋਟੇ ਅਹੁਦੇਦਾਰ ਨੇ ਚਾਹੇ ਉਹਨਾਂ ਦੇ ਵੋਟਰ ਅਤੇ ਸਪੋਰਟਰ ਉਹਨਾਂ ਨੂੰ ਤਿੰਨ ਸਵਾਲ ਕਰਨੇ ਚਾਹੂੰਗਾ ਜੇ ਸੁਖਬੀਰ ਬਾਦਲ ਤੱਕ ਮੇਰੀ ਇਹ ਗੱਲ ਪਹੁੰਚੇ ਤਾਂ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਸੁਖਬੀਰ ਬਾਦਲ ਜੀ ਪ੍ਰਧਾਨ ਸਾਹਿਬ ਤੁਹਾਨੂੰ ਤਿੰਨ ਸਵਾਲ ਕਰਨੇ ਚਾਹੁੰਦਾ ਤੁਸੀਂ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਜ਼ਰੂਰ ਦਿਓ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੰਗ ਕਰ ਰਹੇ ਹੋ ਕੇਵਲ ਮੰਗ ਕਰ ਰਹੇ ਹੋ ਤੇ ਸਵਾਲ ਨੰਬਰ 1 ਇਹ ਆ ਕਿ ਬੰਦੀ ਸਿੰਘਾਂ ਦਾ ਮਕਸਦ ਦੱਸ ਸਕੋਗੇ ਕਿਉਂਕਿ ਜਦੋਂ ਤੁਸੀਂ ਉਹਨਾਂ ਦੀ ਰਿਹਾਈ ਦੀ ਗੱਲ ਕਰਦੇ ਹੋ ਤਾਂ ਉਸ ਵੇਲੇ ਹੋਰ ਵੀ بڑے ਲੀਡਰ ਹੈਗੇ ਨੇ ਗੱਲ ਕਰਦੇ ਆ ਸਿੱਖ ਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਆਗੂ ਉਹ ਗੱਲ ਕਰਦੇ ਆ ਬੰਦੀ ਸਿੰਘਾਂ ਦੀ ਜਦੋਂ ਨਾ ਤੇ ਉਸ ਵੇਲੇ ਉਹ ਆਪਣੀਆਂ ਸਪੀਚਾਂ ਦੇ ਵਿੱਚ ਗੱਲ ਕਰਦੇ ਆ ਕਿ ਉਹਨਾਂ ਨੇ ਇਸ ਮਕਸਦ ਦੀ ਖਾਤਰ ਆਹ ਕੰਮ ਕੀਤਾ ਸੀਗਾ ਜਿਹਦੇ ਕਰਕੇ ਉਹਨਾਂ ਨੂੰ ਭਾਰਤ ਦੀ ਅਦਾਲਤਾਂ ਨੇ ਆਹ ਸਜ਼ਾ ਸੁਣਾਈ ਐਦਾਂ ਹੀ ਹੁੰਦਾ ਆ ਨਾ ਜੀ ਔਰ ਫਿਰ ਉਹ ਸਾਰੀ ਗੱਲਬਾਤ ਕਰਨ ਤੋਂ ਬਾਅਦ ਇਹ ਗੱਲ ਕਹਿੰਦੇ ਆ ਕਿ ਉਹ ਸਾਡੇ ਹੀਰੋ ਆ ਉਹਨਾਂ ਨੇ ਆਪਣੀ ਕੌਮ ਦੀ ਆਨ ਬਾਨ ਤੇ ਸ਼ਾਨ ਦੀ ਖਾਤਰ ਕੁਰਬਾਨੀ ਕੀਤੀ ਆ ਭਾਰਤ ਦੀਆਂ ਅਦਾਲਤਾਂ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਜਿਹੜੀ ਸਜ਼ਾ ਬਣਦੀ ਆ ਉਹ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਮੈਂ ਤੁਹਾਡੇ ਕੋਲੋਂ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਬੰਦੀ ਸਿੰਘਾਂ ਦੀ ਦਾ ਜਿਹੜਾ ਉਹ ਸੰਘਰਸ਼ ਸੀਗਾ ਉਹ ਉਹਦਾ ਮਕਸਦ ਤੁਸੀਂ ਦੱਸ ਸਕੋਗੇ ਕਿਸੇ ਸਪੀਚ ਦੇ ਵਿੱਚ ਤੁਸੀਂ ਆਉਂਦੇ ਸਮੇਂ ਚ ਦੱਸੋਗੇ ਕਿ ਉਹਨਾਂ ਦਾ ਮਕਸਦ ਕੀ ਸੀਗਾ ਜਿਹਦੀ ਖਾਤਰ ਉਹ ਜੇਲ੍ਹਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਬੰਦ ਨੇ ਸਵਾਲ ਨੰਬਰ 2 ਕੀ ਉਹਨਾਂ ਦੇ ਸੰਘਰਸ਼ ਅਤੇ ਐਕਸ਼ਨਾਂ ਦੇ ਨਾਲ ਸਹਿਮਤ ਹੋ ਜਿਸ ਵਜ੍ਹਾ ਕਰਕੇ ਉਹਨਾਂ ਸਿੰਘਾਂ ਨੂੰ ਸਜ਼ਾ ਹੋਈ ਹੈ ਸਜ਼ਾਵਾ ਹੋਈਆਂ ਨੇ ਜਿਸ ਵਜ੍ਹਾ ਕਰਕੇ ਸਜ਼ਾਵਾ ਹੋਈਆਂ ਨੇ ਜਿਹੜੇ ਉਹ ਉਹਨਾਂ ਨੇ ਐਕਸ਼ਨ ਕੀਤੇ ਨੇ ਉਹਨਾਂ ਵਿੱਚੋਂ ਜਿਵੇਂ ਇੱਕ ਮੈਂ ਉਦਾਹਰਣ ਦੇਣੀ ਚਾਹੂੰਗਾ ਜਿਵੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਸੇਹੋ ਨੂੰ ਬੰਬ ਦੇ ਨਾਲ ਉਡਾਤਾ ਸੀਗਾ ਸਿੰਘਾਂ ਨੇ ਦਲਾਵਰ ਸਿੰਘ ਭਾਈ ਦਲਾਵਰ ਸਿੰਘ ਸ਼ਹੀਦ ਸਿੱਖ ਕੌਮ ਉਹਨਾਂ ਨੂੰ ਸ਼ਹੀਦ ਮੰਨਦੀ ਹੈ ਪਿਛਲੇ ਦਿਨੀ ਜਿਹੜਾ ਕੇਂਦਰੀ ਅਜਾਇਬ ਘਰ ਅੰਮ੍ਰਿਤਸਰ ਉੱਥੇ ਉਹਨਾਂ ਦੀ ਤਸਵੀਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈ ਗਈ ਹੈ ਇੱਕ ਮੈਂ ਤੁਹਾਨੂੰ ਇਹ ਉਦਾਹਰਣ ਦਿੱਤੀ ਹੈ ਸਿਰਫ ਇੱਕ ਉਹਨਾਂ ਨੇ ਉਹ ਐਕਸ਼ਨ ਕੀਤਾ ਹੈਗਾ ਕਿ ਤੁਸੀਂ ਉਹਨਾਂ ਦੇ ਉਸ ਐਕਸ਼ਨ ਦੇ ਨਾਲ ਤੇ ਉਹਨਾਂ ਬੰਦੀ ਸਿੰਘਾਂ ਵੱਲੋਂ ਜਿਹੜਾ ਸੰਘਰਸ਼ ਕੀਤਾ ਗਿਆ ਉਹਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋ ਜਾਂ ਨਹੀਂ ਤੀਜਾ ਸਵਾਲ ਕੀ ਉਹਨਾਂ ਨੂੰ ਤੁਸੀਂ ਅੱਤਵਾਦੀ ਮੰਨਦੇ ਹੋ ਜਾਂ ਕੌਮੀ ਯੋਧੇ ਆਜ਼ਾਦੀ ਦੇ ਪ੍ਰਵਾਨੇ ਕੀ ਤੁਸੀਂ ਉਹਨਾਂ ਨੂੰ ਅੱਤਵਾਦੀ ਮੰਨਦੇ ਹੋ ਵੀ ਹੈਗੇ ਤਾਂ ਅੱਤਵਾਦੀ ਆਉਂਦਾ ਉਹ ਪਰ ਸਜ਼ਾਵਾਂ ਪੂਰੀਆਂ ਹੋ ਗਈਆਂ ਆ ਇਸ ਕਰਕੇ ਉਹਨਾਂ ਨੂੰ ਰਿਹਾ ਕਰਨਾ ਬਣਦਾ ਤੇ ਰਿਹਾ ਕਰਦੇ ਹੋ ਐਦਾਂ ਮੰਨਦੇ ਹੋ ਜਾਂ ਤੁਸੀਂ ਇਹ ਮੰਨਦੇ ਹੋ ਕਿ ਉਹ ਕੌਮ ਦੇ ਯੋਧੇ ਨੇ ਉਹ ਤੇ ਆਜ਼ਾਦੀ ਦੇ ਪ੍ਰਵਾਨੇ ਆਹੋ ਕਿਹੜੀ ਆਜ਼ਾਦੀ ਪਲਾ ਉਹ ਆਜ਼ਾਦੀ ਉਹ ਮੁਲਕ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਪੰਜਾਬ ਦੀ ਇਸ ਸਰਜ਼ਮੀਨ ਦੇ ਉੱਪਰ ਹੋਇਆ ਕਰਦਾ ਸੀ ਪਰ ਜਾਂਦਾ ਰਹਾ ਮੋੜ ਇੱਥੇ ਉਹ ਰਾਜ ਸਥਾਪਿਤ ਨਹੀਂ ਹੋ ਸਕਿਆ ਕਿ ਤੁਸੀਂ ਮੰਨਦੇ ਹੋ ਕਿ ਉਹ ਆਜ਼ਾਦੀ ਦੇ ਪ੍ਰਵਾਨੇ ਨੇ ਉਹਨਾਂ ਨੇ ਮੋੜ ਉਹਦਾਂ ਦੇ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਜਦੋਜਹਿਦ ਕੀਤੀ ਇਸ ਕਰਕੇ ਉਹ ਕੌਮੀ ਨਾਇਕ ਨੇ ਕੀ ਤੁਸੀਂ ਮੰਨਦੇ ਹੋ ਇਹ ਤਿੰਨ ਸਵਾਲ ਜਿਹੜੇ ਹੈਗੇ ਨੇ ਸੁਖਬੀਰ ਬਾਦਲ ਤੇ ਉਹਨਾਂ ਦੀ ਪਾਰਟੀ ਦੇ ਛੋਟੇ ਵੱਡੇ ਲੀਡਰ ਜਾਂ ਸਪੋਰਟਰ ਜਿਹੜੇ ਹੈਗੇ ਆ ਮੈਂ ਉਮੀਦ ਕਰਦਾ ਕਿ ਉਹ ਜ਼ਰੂਰ ਦੇਣ ਦੀ ਕੋਸ਼ਿਸ਼ ਕਰਨਗੇ ਹੁਣ ਮੈਂ ਕੁਝ ਗੱਲਾਂ ਹੋਰ ਕਰਨੀਆਂ ਚਾਹੂੰਗਾ ਸੁਖਬੀਰ ਬਾਦਲ ਅਕਾਲੀ ਦਲ ਬਾਦਲ ਕੇ ਉਹਨਾਂ ਦੇ ਬਾਬਤ ਬਹੁਤ ਜ਼ਿਆਦਾ ਕੁਝ ਬੋਲਿਆ ਜਾ ਸਕਦਾ ਕਿਹਾ ਜਾ ਸਕਦਾ ਪਰ ਮੈਂ ਬਹੁਤ ਜ਼ਿਆਦਾ ਕੁਝ ਨਹੀਂ ਕਹੂੰਗਾ ਕਿਉਂਕਿ ਅੱਜ ਦੁਨੀਆ ਭਰ ਵਿੱਚ ਵਸਦਾ ਸਿੱਖ ਕੌਮ ਦਾ ਬੱਚਾ ਬੱਚਾ ਪੰਜਾਬੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਉਹਨਾਂ ਨੇ ਇਹਨਾਂ ਨੇ ਜਦੋਂ ਜਦੋਂ ਵੀ ਇਹਨਾਂ ਦੇ ਪੰਜਾਬ ਦੇ ਵਿੱਚ ਰਾਜ ਭਾਗ ਰਹੇ ਨੇ ਇਹਨਾਂ ਨੇ ਪੰਜਾਬ ਅਤੇ ਖਾਲਸਾ ਪੰਥ ਦੇ ਨਾਲ ਕੀ ਕੁਝ ਕੀਤਾ ਹੈ ਬੰਦੀ ਸਿੰਘ ਜਿਨ੍ਹਾਂ ਨੂੰ ਅੱਜ ਜਿਨ੍ਹਾਂ ਦੀ ਰਿਹਾਈ ਵਾਸਤੇ ਇਹ ਕਰ ਰਹੇ ਆ ਯਤਨ ਅਪੀਲਾਂ ਕਰ ਰਹੇ ਆ ਹਿੰਦ ਹਕੂਮਤ ਨੂੰ ਇਹ ਇਹਨਾਂ ਦਾ ਉਹਨਾਂ ਦੇ ਪ੍ਰਤੀ ਵਿਹੇਵ ਕਿਹੋ ਜਿਹਾ ਰਿਹਾ ਹੈਗਾ ਅੱਜ ਸਾਰੇ ਜਣੇ ਜਾਣਦੇ ਹੈਗੇ ਆ ਜਿਹੜਾ ਸਿੱਖ ਸੰਘਰਸ਼ ਸੀਗਾ ਉਹਦੇ ਵਿੱਚ ਯੋਗਦਾਨ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਉਹਨਾਂ ਦਾ ਘਾਣ ਕੀਤਾ ਸਿੱਖ ਸੰਘਰਸ਼ ਲੜਨ ਵਾਲਿਆਂ ਨੂੰ ਜਿਨ੍ਹਾਂ ਨੇ ਝੂਠਿਆਂ ਲਕਾਉਂਟਰਾਂ ਦੇ ਵਿੱਚ ਮਾਰਿਆ ਪੰਜਾਬ ਦੀ ਜਵਾਨੀ ਦਾ ਜਿਨ੍ਹਾਂ ਨੇ ਘਾਣ ਕੀਤਾ ਉਹਨਾਂ ਵਿੱਚੋਂ ਕਈਆਂ ਨੂੰ ਸਜ਼ਾਾਂ ਵੀ ਹੋਈਆਂ ਨੇ ਉਹਨਾਂ ਜਿਹੜੇ ਪੁਲਿਸ ਆਫੀਸਰ ਸੀਗੇ ਅੱਜ ਤੇ ਬੱਚੇ-ਬੱਚੇ ਜਾਣਦੇ ਐ ਕਿ ਉਹਨਾਂ ਦੀ ਇਹਨਾਂ ਨੇ ਪੁਸ਼ਤ ਪਨਾਹੀ ਕੀਤੀ ਐ ਸਾਰੇ ਜਣੇ ਜਾਣਦੇ ਹੈਗੇ ਇਸ ਕਰਕੇ ਮੈਂ ਬਹੁਤਾ ਜ਼ਿਆਦਾ ਉਧਰਲੇ ਬੰਨੇ ਨੂੰ ਨਹੀਂ ਜਾਊਂਗਾ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਅ ਥੋੜਾ ਜਿਆਦਾ ਜਰੂਰ ਪਹਿਲਾਂ ਦਿਖਾਉਣਾ ਚਾਹੂੰਗਾ ਉਸ ਤੋਂ ਬਾਅਦ ਇੱਕ ਦੋ ਗੱਲਾਂ ਬਾਤਾਂ ਕਰਦੇ ਆ ਇੱਕ ਛੋਟੀ ਜੀ ਤੁਹਾਨੂੰ ਨਾ ਕਿਸੇ ਫਿਲਮ ਦੀ ਕਹਾਣੀ ਆ ਉਹ ਸੁਣਾਉਂਗਾ ਪਹਿਲਾਂ ਛੋਟਾ ਜਿਹਾ ਕਲਿੱਪ ਅੱਜ ਜਦੋਂ ਸੁਖਵੀਰ ਬਾਦਲ ਹਰਸਿਮਰਤ ਬਾਦਲ ਤੇ ਹੋਰ ਇਹਨਾਂ ਦੇ ਸਪੋਰਟਰ ਜਿਹੜੇ ਨਾਲ ਹੈਗੇ ਆ ਉਹ ਗਏ ਉੱਥੇ ਦਿੱਲੀ ਉੱਥੇ ਜਦੋਂ ਗਏ ਆ ਤੇ ਅੰਮਿਤ ਸ਼ਾਹ ਹੋਰੀ ਇਹਨਾਂ ਦੇ ਲੱਗ ਗਿਆ ਇਦਾਂ ਲੰਘਦੇ ਆ ਜਦੋਂ ਜਦੋਂ ਲਾਗਿਓ ਲੰਗਦੇ ਆ ਗੜਕਰੀ ਹੋਰੀ ਵੀ ਲੰਗਦੇ ਆ ਜਦੋਂ ਅਮਿਤ ਸ਼ਾਹ ਹੋਰੀ ਲੰਗਦੇ ਆ ਨਾ ਉਸ ਵੇਲੇ ਸੁਖਬੀਰ ਬਾਦਲ ਹੋਣੀ ਉਹਨਾਂ ਨੂੰ ਕੀ ਕਹਿੰਦੇ ਆ ਹਰ ਸਿਮਰਤ ਬਾਦਲ ਹੋਰੀ ਉਹਨਾਂ ਨੂੰ ਕੀ ਕਹਿੰਦੇ ਹੈਗੇ ਆ ਕਿਸ ਤਰੀਕੇ ਨਾਲ ਕਹਿੰਦੇ ਆ ਕਿਸ ਲਹਿਜੇ ਨਾਲ ਕਹਿੰਦੇ ਆ ਅੱਗੋਂ ਅਮਿਤ ਸ਼ਾਹ ਦਾ ਚਿਹਰਾ ਤੁਸੀਂ ਦੇਖਿਓ ਉਹਨਾਂ ਦੀ ਅੱਖਾਂ ਵੇਖਿਓ ਅਮਿਤ ਸ਼ਾਹ ਹੋ ਰਹਾਂ ਦੀਆਂ ਉਹ ਕਿਸ ਤਰੀਕੇ ਦੇ ਨਾਲ ਅੱਗੋਂ ਰਿਐਕਟ ਕਰਦੇ ਆ ਤੇ ਫਿਰ ਇਹਨਾਂ ਨੂੰ ਬਿਨਾ ਕੋਈ ਜਵਾਬ ਦਿੱਤੇ ਆ ਅੱਗੇ ਨਿਕਲ ਜਾਂਦੇ ਆ ਆ ਵੀਡੀਓ ਕਲਿੱਪ ਛੋਟਾ ਜਿਹਾ ਹੀ ਹੈਗਾ ਲਾਗੇ ਕਰਕੇ ਮੈਂ ਤੁਹਾਨੂੰ ਦਿਖਾਉਣਾ ਦੇਖਿਓ ਦੇ ਉਸ ਤੋਂ ਬਾਅਦ ਕਰਦੇ ਆ ਦੋ ਚਾਰ ਗੱਲਾਂ ਬਾਤਾਂ ਹੋਰ ਨਹੀਂ ਰਿਕੁਐਸਟ ਹੈ ਸਰ ਆਪਣੇ ਮਦਦਿਆ ਮੰਤਰੀ ਸਰ ਪ੍ਰਧਾਨ ਮੰਤਰੀ ਨੇ 5.5 ਸਾਲਾਂ ਨੂੰ ਅਨਾਊਂਸਮੈਂਟ ਕੀਤੀ ਹੈ ਉਹ ਜੋ ਫੰਡੋਸ ਤੋਂ ਪਰਾਈ ਗਈ ਸਰ ਇਹ ਤਰਹੀ ਜੇ ਰਿਹਾ ਕਰਦੇ ਜੀ ਸੋ ਤੁਸੀਂ ਦੇਖਿਆ ਜੀ ਸੁਖਬੀਰ ਬਾਦਲ ਹੁਣੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆ ਹਰ ਸਿਮਰਤ ਬਾਦਲ ਦਾ ਤਰੀਕਾ ਵੇਖ ਲਓ ਰਿਹਾ ਕਰਦੇ ਹੋ ਜਿੱਦਾਂ ਮਤਲਬ ਤੁਸੀਂ ਦੇਖੋ ਕਿਸ ਕਿਸਮ ਦਾ ਤਰੀਕਾ ਹੈਗਾ ਆ ਅੱਗੋਂ ਅਮਿਤ ਸਾਹ ਹੋਰਾਂ ਦਾ ਜਿਹੜਾ ਰਿਐਕਟ ਹੈਗਾ ਜਿਸ ਤਰੀਕੇ ਦੇ ਨਾਲ ਕੋਈ ਵੀ ਜਵਾਬ ਦਿੱਤੇ ਤੋਂ ਬਿਨਾ ਮੁਸਕਰਾ ਕੇ ਅੱਗੇ ਲੰਘ ਜਾਂਦੇ ਆ ਤੁਹਾਨੂੰ ਕੀ ਲੱਗਦਾ ਹੈਗਾ ਵੀ ਉਹ ਅਮਿਤ ਸ਼ਾਹ ਹੋਰੀ ਆਪਣੇ ਦਿਲ ਦੇ ਵਿੱਚ ਕੀ ਸੋਚਦੇ ਆ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸਣ ਦੀ ਕੋਸ਼ਿਸ਼ ਕਰਿਓ ਜੋ ਮੈਂ ਮਹਿਸੂਸ ਕੀਤਾ ਮੈਂ ਵੀ ਦੱਸਦਾ ਮੈਂ ਦੋ ਚੀਜ਼ਾਂ ਮਹਿਸੂਸ ਕੀਤੀਆਂ ਇੱਕ ਤਾਂ ਮੈਂ ਇਹ ਮਹਿਸੂਸ ਕੀਤਾ ਕਿ ਸ਼ਾਇਦ ਅਮਿਤ ਸ਼ਾਹ ਹੋਰੀ ਇਹ ਸੋਚਦੇ ਹੋਣ ਕਿ ਜੋ ਮਰਜ਼ੀ ਕਰੀ ਚੱਲੋ ਇਹ ਤਾਂ ਐਂ ਹੀ ਚੱਲੂ ਅਸੀਂ ਕਿਸੇ ਨੂੰ ਕੋਈ ਰਿਹਾਈ ਰੁਹੀ ਨਹੀਂ ਦੇਣੀ ਹੈਗੀ ਦੂਜੀ ਗੱਲ ਮੇਰੇ ਜ਼ਿਹਨ ਵਿੱਚ ਇਹ ਆਉਂਦੀ ਹੈ ਕਿ ਅਮਿਤ ਸ਼ਾਹ ਹੋਰੀ ਸ਼ਾਇਦ ਇਸ ਕਰਕੇ ਮੁਸਕਰਾਏ ਹੈ ਕਿ ਉਹ ਭਲਿਓ ਉਹ ਜਨਾਬ ਬੰਦੀ ਸਿੰਘਾਂ ਦੀ ਤਸਵੀਰ ਰਿਹਾਈ ਮੰਗ ਰਹੇ ਹੋ ਜੇ ਜੇਸ ਕਮਿਊਨਿਟੀ ਦੇ ਵਿੱਚ ਤੁਸੀਂ ਦੁਬਾਰਾ ਪੈਰ ਲਾਉਣ ਦੇ ਯਤਨ ਕਰ ਰਹੇ ਹੋ ਉਹ ਕਾਹਨੂੰ ਐਵੇਂ ਉਹਨਾਂ ਨੂੰ ਬੇਵਕੂਫ ਬਣਾਉਣ ਤੇ ਤਰੇ ਹੋਏ ਹੋ ਇਸ ਕਰਕੇ ਸ਼ਾਇਦ ਮੁਸਕਰਾਏ ਹੋਣ ਉਹ ਵੀ ਜਦੋਂ ਸਾਡੇ ਨਾਲ ਤੁਹਾਡੀ ਭਾਈਵਾਲੀ ਸੀਗੀ ਉਸ ਵੇਲੇ ਤਾਂ ਤੁਸੀਂ ਕੋਈ ਚਾਰਾ ਜੋ ਕੀਤੀ ਨਹੀਂ ਉਸ ਵੇਲੇ ਤਾਂ ਸੁਖਬੀਰ ਬਾਦਲ ਲਾਹੌਰਾਂ ਦੇ ਬਿਆਨ ਆਉਦੇ ਹੁੰਦੇ ਸੀਗੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੁਝ ਨਹੀਂ ਕਰ ਸਕਦੇ ਤਾਂ ਮੈਂ ਹੁਣ ਇਹਨਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਸੁਖਬੀਰ ਬਾਦਲ ਜੀ ਜੇ ਤੁਸੀਂ ਉਦੋਂ ਜਦੋਂ ਤੁਹਾਡੇ ਕੋਲ ਸਰਕਾਰ ਸੀਗੀ ਤੁਹਾਡੇ ਰਾਜ ਭਾਗ ਸੀਗੇ ਜਦੋਂ ਉਦੋਂ ਜੇ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੁਝ ਨਹੀਂ ਸੀ ਕਰ ਸਕਦੇ ਹੁਣ ਰਾਜ ਉਹਨਾਂ ਦੇ ਕੋਲ ਆ ਹੋ ਸਕਦਾ ਭਾਈ ਉਹ ਵੀ ਕੁਝ ਨਾ ਕਰ ਸਕਦੇ ਹੋਣ ਉਹ ਵੀ ਕਹਿ ਸਕਦੇ ਆ ਪੀ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਵੀ ਇਦਾਂ ਹੀ ਕਹਿੰਨੇ ਹੁੰਨੇ ਸਗੇ ਸਾਰੇ ਸਿੱਖ ਚਾਹੁੰਦੇ ਆ ਦੁਨੀਆ ਭਰ ਵਿੱਚ ਵਸਦਾ ਇਕੱਲਾ ਇਕੱਲਾ ਸਿੱਖ ਚਾਹੁੰਦਾ ਆ ਕਿ ਸਾਡੀ ਕੌਮ ਦੇ ਯੋਧੇ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਉਹਨਾਂ ਦੀਆਂ ਰਿਹਾਈਆਂ ਬਣਦੀਆਂ ਆ ਪਰ ਰਿਹਾ ਨਹੀਂ ਕੀਤਾ ਜਾ ਰਿਹਾ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਕਰ ਰਹੇ ਹੋ ਕੌਮ ਇਹ ਮੰਨ ਕੇ ਚੱਲ ਰਹੀ ਹੈ ਕਿ ਤੁਸੀਂ ਪੰਜਾਬ ਅਤੇ ਖਾਲਸਾ ਪੰਥ ਦੇ ਵਿੱਚ ਮੁੜ ਆਪਣਾ ਆਧਾਰ ਕਾਇਮ ਕਰਨ ਦੇ ਲਈ ਚਾਰਾ ਜੋਈ ਕਰ ਰਹੇ ਹੋ ਨਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਯਤਨ ਕਰ ਰਹੇ ਹੋ ਐਂ ਸੋਚਦੇ ਆ ਲੋਕ ਤੁਹੋ ਕਿ ਜੇ ਤੁਹਾਨੂੰ ਸੱਚਮੁੱਚ ਬੰਦੀ ਸਿੰਘਾਂ ਦੇ ਨਾਲ ਕੋਈ ਲਗਾ ਪਿਆਰ ਹੁੰਦਾ ਸੱਚਮੁੱਚ ਤੁਸੀਂ ਉਹਨਾਂ ਦੀਆਂ ਰਿਹਾਈਆਂ ਚਾਹੁੰਦੇ ਹੁੰਦੇ ਤਾਂ ਜਦੋਂ ਤੁਹਾਡੇ ਰਾਜ ਭਾਗ ਸੀਗੇ ਉਸ ਵੇਲੇ ਰਿਹਾਈਆਂ ਮੰਗਣ ਵਾਲਿਆਂ ਦੇ ਤੁਸੀਂ ਡਾਂਗਾ ਮਾਰਦੇ ਹੁੰਨੇ ਸੀਗੇ ਅੱਜ ਤੁਹਾਨੂੰ ਕਮਰ ਗਰੇਵਾਲ ਚੰਗਾ ਲੱਗਦਾ ਜੇ ਤੁਹਾਡੀ ਸਰਕਾਰ ਹੁੰਦੀ ਤਾਂ ਸ਼ਾਇਦ ਤੁਹਾਡੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਵੇਖ ਕੇ ਜਦੋਂ ਤੁਹਾਡੇ ਰਾਜ ਸੀਗੇ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਕਿ ਕਮਰ ਗਰੇਵਾਲ ਦੇ ਡਾਂਗਾ ਹੀ ਤੁਸੀਂ ਮਾਰ ਦੇਣੀਆਂ ਸੀਗੀਆਂ ਕਿ ਹੈ ਇਨੇ ਗਾਣਾ ਗਾਇਆ ਕਮਰ ਗਰੇਵਾਲ ਨੇ ਇਦਾਂ ਦੇ ਹਾਲਾਤ ਬਣ ਜਾਣੇ ਸੀਗੇ ਔਰ ਬਹੁਤ ਸਾਰੇ ਲੋਕ ਮੈਂ ਵੇਖਦਾ ਇਦਾਂ ਵੀ ਕਹਿੰਦੇ ਹੈਗੇ ਆ ਉਹ ਕਹਿੰਦੇ ਕਿ ਬਹੁਤ ਚੰਗਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਇਹਨਾਂ ਦੇ ਜਿਹੜੇ ਪੈਰ ਪੰਜਾਬ ਦੀ ਧਰਤੀ ਤੋਂ ਉਖੜ ਗਏ ਕੇਵਲ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ ਉਹ ਵੀ ਤਿੰਨ ਜੇ ਜਾਂਦੀਆਂ ਲਗੀਆਂ ਨਾ ਤਾਂ ਹੋ ਸਕਦਾ ਇਹ ਖਾਲਸਾਤਨ ਦੀ ਗੱਲ ਵੀ ਲਾ ਪੈਣਗੇ ਕਰਨ ਇਦਾਂ ਵੀ ਕਹਿੰਦੇ ਆ ਕਈ ਸੱਜਣ ਭਾਵ ਕਿ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੇ ਸੱਤਾ ਤੋਂ ਬਾਹਰ ਹੁੰਦੇ ਆ ਉਸ ਵੇਲੇ ਇਹਨਾਂ ਨੂੰ ਪੰਥਕ ਮੁੱਦੇ ਚੇਤੇ ਆਉਂਦੇ ਆ ਜਦੋਂ ਸਤਾਜ ਹੁੰਦੇ ਆ ਉਦੋਂ ਕੌਮ ਦਾ ਪੰਜਾਬ ਦਾ ਕਹਾਣ ਕਰਨ ਵਾਲਿਆਂ ਦੀ ਪੁਸਤ ਪਨਾਹੀ ਕਰਦੇ ਆ ਐਦਾ ਲੋਕੀ ਸੋਚਦੇ ਆ ਜੇਲਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਜ਼ਿੰਦਗੀ ਦੇ ਕਈ-ਕਈ ਵਰੇ ਬਤੌਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਹੈਗੀ ਪਰ ਮੈਨੂੰ ਇਸ ਗੱਲ ਦਾ ਪਤਾ ਹੈਗਾ ਕਿ ਕਿਸੇ ਟਾਵੇਂ ਇੱਕ ਅੱਧੇ ਨੂੰ ਛੱਡ ਕੇ ਬਾਕੀ ਸਾਰੇ ਸਿੰਘਾਂ ਨੂੰ ਇਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਰੋਸ ਤੇ ਗੁੱਸਾ ਆ ਉਹਨਾਂ ਨੂੰ ਵੀ ਪਤਾ ਅੰਦਰ ਬੈਠਿਆਂ ਨੂੰ ਕਿ ਜਦੋਂ-ਜਦੋਂ ਵੀ ਇਹਨਾਂ ਦੀ ਸਰਕਾਰ ਰਹੀ ਹੈਗੀ ਆ ਉਸ ਵੇਲੇ ਇਹਨਾਂ ਨੇ ਸਾਡੇ ਪ੍ਰਤੀ ਕਿਸ ਕਿਸਮ ਦਾ ਰੁਖ ਅਪਣਾਈ ਰੱਖਿਆ ਪੰਜਾਬ ਦੇ ਪ੍ਰਤੀ ਪੰਜਾਬ ਦੇ ਪਾਣੀਆਂ ਦੇ ਪ੍ਰਤੀ ਖਾਲਸਾ ਪੰਥ ਦੇ ਪ੍ਰਤੀ ਸਾਰੇ ਕਾਸੇ ਦੇ ਪ੍ਰਤੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਦੋਂ ਬਹੁਮਤ ਹੁੰਦਾ ਇਹਨਾਂ ਦੇ ਕੋਲ ਉਸ ਵੇਲੇ ਇਹਨਾਂ ਨੇ ਕਿੰਨੀ ਕੁ ਚਾਰਾ ਜੋਈ ਕੀਤੀ ਆ ਆ ਅੱਜ ਹੁਣ ਉੱਥੇ ਖੜੇ ਹੋ ਕੇ ਨਾ ਕਹਿ ਰਹੇ ਹੈਗੇ ਆ ਕਿ ਰਜੀਵ ਗਾਂਧੀ ਕੇ ਕਾਤਲੋਂ ਕੋ ਵੀ ਤੋ ਆਪਨੇ ਛੋੜੀ ਦਿਆ ਹੈ ਸਾਡੇ ਨਾਲ ਵੀ ਵਾਦਾ ਕੀਤਾ ਸੀਗਾ ਕਿ ਸਾਡੇ ਵਾਲੇ ਵੀ ਛੱਡ ਦਿਓ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹੈ ਕਿ ਚੇਤੇ ਵੀ ਕਰਾਉਣਾ ਚਾਹੁੰਦਾ ਹੈ ਪਤਾ ਹੈ ਉਹਦਾ ਸਾਰਾ ਕੁਝ ਇਹਨਾਂ ਨੂੰ ਕਿ ਜਿਹੜੀ ਤਾਮਿਲਨਾਡੂ ਦੀ ਵਿਧਾਨ ਸਭਾ ਹੈ ਉੱਥੋਂ ਦੀ ਸਰਕਾਰ ਨੇ ਤਾਮਿਲਨਾਡੂ ਦੀ ਸਰਕਾਰ ਨੇ ਆਪਣੀ ਵਿਧਾਨ ਸਭਾ ਦੇ ਵਿੱਚ ਰਜੀਵ ਗਾਂਧੀ ਦੇ ਕਾਤਲ ਜਿਹੜੇ ਸੀਗੇ ਨਾ ਉਹਨਾਂ ਦੇ ਹੱਕ ਦੇ ਵਿੱਚ ਮਤਾ ਪਾਸ ਕਰਤਾ ਸੀਗਾ ਤੁਸੀਂ ਦੱਸੋ ਜੀ ਜਦੋਂ ਤੁਹਾਡੀ ਸਰਕਾਰ ਰਹੀ ਹੈਗੀ ਆ ਤੁਸੀਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਕੋਈ ਮਤਾ ਪਾਸ ਕੀਤਾ ਵਿਧਾਨ ਸਭਾ ਦੇ ਵਿੱਚ ਜੇ ਕੀਤਾ ਤਾਂ ਦਿਖਾਓ ਲੋਕਾਂ ਨੂੰ ਦੱਸੋ ਲੋਕਾਂ ਨੂੰ ਆਪਣੀ ਪਾਰਟੀ ਦੇ ਵਰਕਰਾਂ ਨੂੰ ਦੱਸੋ ਇਹਨਾਂ ਦੀ ਪਾਰਟੀ ਦੇ ਜਿਹੜੇ ਵਰਕਰ ਹੈਗੇ ਆ ਉਹ ਵੀ ਇਹਨਾਂ ਨੂੰ ਸੁਭਾਲ ਕਰਨ ਆਵਾਲਾ ਕਿ ਜਦੋਂ ਤੁਸੀਂ ਸੱਤਾ ਵਿੱਚ ਸੀਗੇ ਤਾਂ ਤੁਸੀਂ ਐਦਾਂ ਦਾ ਕੁਝ ਕੀਤਾ ਜਦੋਂ ਸੱਤਾ ਤੋਂ ਬਾਹਰ ਹੈਗੇ ਆ ਹੁਣ ਤੁਹਾਡੇ ਹੱਥ 'ਚ ਕੋਈ ਖੇੜ ਹੈ ਨਹੀਂ ਹੋ ਫਿਰ ਤੁਸੀਂ ਲਾਪੇ ਐਦਾਂ ਰਿਹਾਈਆਂ ਦੀ ਮੰਗ ਕਰਨ ਉਹ ਰਿਹਾਈ ਦੀ ਮੰਗ ਤੁਸੀਂ ਕਾਨੂੰ ਕਰਦੇ ਰਿਹਾਈ ਦੀ ਮੰਗ ਤਾਂ ਕਮਰਗਰੇਵਾਲ ਆਪਣੇ ਗੀਤ ਰਾਹੀਂ ਕਰ ਹੀ ਰਿਹਾ ਆ ਉਹ ਕਰੋੜਾਂ ਦੇ ਵਿੱਚ ਲੋਕਾਂ ਨੇ ਉਹ ਗੀਤ ਸੁਣ ਲਿਆ ਰਿਹਾਈ ਦੀ ਮੰਗ ਤਾਂ ਉਹ ਵੀ ਕਰਦਾ ਕਮਰਗਰੇਵਾਲ ਹੋਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਕਰਦੇ ਆ ਦੁਨੀਆ ਪਰਬ ਵਿਚ ਬੈਠੇ ਸਿੱਖ ਕਰਦੇ ਆ ਸੜਕਾਂ ਦੇ ਉੱਪਰ ਤੁਪਾਂ ਦੇ ਵਿੱਚ ਮੁਜ਼ਾਹਰੇ ਕਰ ਕਰਕੇ ਕਰਦੇ ਆ ਤੁਸੀਂ ਦੱਸੋ ਨਾ ਤੁਸੀਂ ਉਹਨਾਂ ਨਾਲੋਂ ਵੱਖਰਾ ਕੀ ਕਰ ਰਹੇ ਆ ਤੁਸੀਂ ਦੱਸੋ ਉਹੀ ਕੁਝ ਬਾਕੀ ਵੀ ਕਰਦੇ ਤੁਸੀਂ ਵੀ ਉਹੀ ਕੁਝ ਕੀਤਾ ਉਹਨਾਂ ਦੇ ਨਾਲ ਤੁਸੀਂ ਆਪਣਾ ਕੰਪੈਰੀਜ਼ਨ ਕਰਕੇ ਦੇਖੋ ਉਹ ਇਹ ਆ ਕਿ ਬਾਕੀ ਖਾਲਸਾ ਪੰਥ ਕਦੀ ਸੱਤਾ ਦੇ ਵਿੱਚ ਨਹੀਂ ਆਇਆ ਜਥੇਬੰਦੀਆਂ ਧਿਰਾਂ ਸੱਤਾ ਦੇ ਵਿੱਚ ਕਦੀ ਨਹੀਂ ਆਈਆਂ ਉਹ ਵੀ ਸੜਕਾਂ ਦੇ ਪ੍ਰੋਟੈਸਟ ਕਰ ਕਰਕੇ ਰਹਿਈਆਂ ਦੀ ਮੰਗ ਕਰਦੇ ਰਹੇ ਤੁਸੀਂ ਵੀ ਉਹੀ ਕੁਝ ਕਰਦੇ ਹੋ ਤੁਹਾਡੇ ਤੇ ਉਹਨਾਂ 'ਚ ਫਰਕ ਇਹ ਆ ਕਿ ਤੁਸੀਂ ਸੱਤਾ ਵਿੱਚ ਆਏ ਕਈ ਵਾਰ ਔਰ ਜਦੋਂ ਤੁਸੀਂ ਸੱਤਾ ਵਿੱਚ ਆਏ ਉਦੋਂ ਤੁਸੀਂ ਕੀ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਦੱਸੋ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਪਾਸ ਕੀਤਾ ਕੀਤਾ ਕੁਝ ਤੇ ਦੱਸੋ ਤੁਸੀਂ ਸਾਰਿਆਂ ਨੂੰ ਸਾਰਾ ਕੁਝ ਪਤਾ ਹੀ ਹੈਗਾ ਆ ਪਰ ਹੁਣ ਮੈਂ ਅਖੀਰ ਦੇ ਵਿੱਚ ਫੇਰ ਉਹ ਜਿਹੜੇ ਤਿੰਨ ਸਵਾਲ ਹੈਗੇ ਉਹਦੋਂ ਹਰਾ ਦੇਣਾ ਤੇ ਦੁਹਰਾ ਕੇ ਜਿੰਨੇ ਵੀ ਸੱਜਣ ਤੁਸੀਂ ਗੱਲਬਾਤ ਨੂੰ ਸੁਣ ਰਹੇ ਹੋ ਕਿਸੇ ਦਾ ਵੀ ਕੋਈ ਦਾਅ ਲੱਗੇ ਕਿਸੇ ਦਾ ਵੀ ਕੋਈ ਢੋ ਮੇਲਾ ਬਣੇ ਇਹਨਾਂ ਦੀ ਪਾਰਟੀ ਦੇ ਵੱਡੇ ਤੋਂ ਲੈ ਕੇ ਛੋਟੇ ਉਹਦੇ ਤਰ ਤੱਕ ਜੇ ਕਿਸੇ ਦੀ ਪਹੁੰਚ ਹੋਵੇ ਜਾਂ ਕਈ ਵਾਰ ਸੱਜੋ ਖੱਬੇ ਤੁਰਦੇ ਫਿਰਦੇ ਕਈ ਵਾਰ ਕੋਈ ਨਾ ਕੋਈ ਮਿਲ ਹੀ ਜਾਂਦਾ ਹੈਗਾ ਜੇ ਮੈਨੂੰ ਕੋ ਮਿਲਿਆ ਤਾਂ ਮੈਂ ਵੀ ਜ਼ਰੂਰ ਇੱਕ ਐਜੇ ਪੱਤਰਕਾਰ ਤਿੰਨ ਸਵਾਲ ਤੁਸੀਂ ਵੀ ਜ਼ਰੂਰ ਪੁੱਛਿਓ ਭਈ ਨੰਬਰ 1 ਕੀ ਤੁਸੀਂ ਬੰਦੀ ਸਿੰਘਾਂ ਦਾ ਮਕਸਦ ਦੱਸ ਸਕਦੇ ਹੋ ਜਦੋਂ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਹੋ ਨਾਲ-ਨਾਲ ਦੂਜਾ ਸਵਾਲ ਕੀ ਉਹਨਾਂ ਬੰਦੀ ਸਿੰਘਾਂ ਦੇ ਸੰਘਰਸ਼ ਅਤੇ ਐਕਸ਼ਨਾਂ ਦੇ ਨਾਲ ਇਹ ਸਹਿਮਤ ਹਨ ਜਾਂ ਨਹੀਂ ਖਾਲਸਾ ਪੰਥ ਦੱਸਦਾ ਆ ਖਾਲਸਾ ਪੰਥ ਦੱਸਦਾ ਸਹਿਮਤੀ ਵੀ ਪ੍ਰਗਟਾਉਂਦਾ ਆ ਕਿ ਅੱਕ ਕੇ ਥੱਕ ਕੇ ਜਦੋਂ ਇਨਸਾਫ ਹੀ ਨਹੀਂ ਮਿਲਿਆ ਤਾਂ ਉਹਨੇ ਐਕਸ਼ਨ ਕੀਤੇ ਆ ਤੁਸੀਂ ਵੀ ਦੱਸੋ ਤੀਜਾ ਸਵਾਲ ਕੀ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਇਹ ਅਤਵਾਦੀ ਮੰਨਦੇ ਨੇ ਪੁੱਛਿਓ ਇਹਨਾਂ ਨੂੰ ਜਾਂ ਇਹਨਾਂ ਨੂੰ ਕੌਮੀ ਯੋਧੇ ਤੇ ਆਜ਼ਾਦੀ ਦੇ ਪਰਵਾਨੇ ਮੰਨਦੇ ਨੇ ਇਹ ਸਵਾਲ ਜਿਹਦਾ ਵੀ ਦਾ ਲੱਗੇ ਕਿਤੇ ਵੀ ਲੱਗੇ ਇਹਨਾਂ ਨੂੰ ਪੁੱਛਣ ਦੀ ਜ਼ਰੂਰ ਕੋਸ਼ਿਸ਼ ਕਰਿਓ ਬਾਕੀ ਮੈਂ ਇੱਕ ਐਜੇ ਪੱਤਰਕਾਰ ਪੰਜਾਬ ਦੀ ਧਰਤੀ ਦੇ ਉੱਪਰ ਰਹਿੰਦੇ ਆ ਸਿੱਖ ਵੀ ਹੈਗੇ ਆ ਆਪਣੇ ਆਪ ਨੂੰ ਬੜਾ ਮੋਟਾ ਸਮਝਦੇ ਆ ਜਿੱਦਾਂ ਦੇ ਵੀ ਆ ਜਰੂਰ ਉਮੀਦ ਕਰਦੇ ਆ ਅਰਦਾਸ ਵੀ ਕਰਦੇ ਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਿ ਜਿਹੜੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਭਾਰਤ ਦਾ ਸੰਵਿਧਾਨ ਤੇ ਕਾਨੂੰਨ ਇਸ ਗੱਲ ਦੀ ਪ੍ਰਵਾਨਗੀ ਦਿੰਦਾ ਕਿ ਹੁਣ ਉਹਨਾਂ ਦੀ ਰਿਹਾਈ ਹੋਣੀ ਬਣਦੀ ਹੈ ਉਹਨਾਂ ਨੂੰ ਚਾਹੇ ਸੁਖ ਵੀਰ ਬਾਦਲ ਹੋਣ ਤੇ ਭਾਵੇਂ ਇਹ ਮੁਜ਼ਾਰੇ ਕਰਨ ਤੇ ਭਾਵੇਂ ਨਾ ਕਰਨ ਕਿਸੇ ਹੋਰ ਨੂੰ ਵੀ ਕੁਝ ਵੀ ਮੁਜ਼ਾਰੇ ਕਰਨ ਦੀ ਜ਼ਰੂਰਤ ਨਹੀਂ ਸਗੀ ਉਹਨਾਂ ਨੂੰ ਉਹੀ ਰਹਾ ਕਰਨਾ ਬਣਦਾ ਸਗਾ ਅਕਾਲ ਪੁਰਖ ਕਿਰਪਾ ਕਰੇ ਉਹਨਾਂ ਦੀ ਰਿਹਾਈ ਜ਼ਰੂਰ ਹੋਵੇ ਇਹ ਹੋਣੀ ਚਾਹੀਦੀ ਹੈ ਆਪਾਂ ਇਸ ਗੱਲ ਦੀ ਉਮੀਦ ਕਰਦੇ ਆਂ ਤੇ ਅਰਦਾਸ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਰਦੇ ਆਂ ਬਾਕੀ ਜਿਹੜੇ ਬੰਦੀ ਸਿੰਘਾਂ ਦੇ ਵਾਸਤੇ ਅਕਾਲੀਆਂ ਵੱਲੋਂ ਜਿਹੜਾ ਹੁਣ ਇਹ ਇਸ ਕਿਸਮ ਦੇ ਨਾਲ ਸੰਘਰਸ਼ਾ ਦਾ ਫੇਚ ਮੇਰੇ ਮੂੰਚੋਂ ਨਿਕਲ ਲਗਾ ਸਗਾ ਇਹਨਾਂ ਦੇ ਹਿਸਾਬ ਨਾਲ ਸੰਘਰਸ਼ ਹੀ ਆ ਕਿਉਂਕਿ ਉੱਥੇ ਕਹਿੰਦੇ ਰਹੇ ਕਹਿੰਦੇ ਸੀ ਸੰਘਰਸ਼ ਆਪਣਾ ਬਾਦ ਅਸਤੂਰ ਜਾਰੀ ਰੱਖਾਂਗੇ ਸੰਘਰਸ਼ ਲਫਜ ਜੀ ਬੋਲ ਲੈਨੇ ਆ ਕੀ ਤੁਹਾਨੂੰ ਲੱਗਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬਾਦਲਾ ਵੱਲੋਂ ਹੁਣ ਇਹ ਸੰਘਰਸ਼ ਕੀਤਾ ਜਾ ਰਿਹਾ ਹੈਗਾ ਜਾਂ ਡਰਾਮਾ ਕੀਤਾ ਜਾ ਰਿਹਾ ਜਾਂ ਪੰਜਾਬ ਅਤੇ ਖਾਲਸਾ ਪੰਥ ਦੇ ਵਿੱਚ ਆਧਾਰ ਜਿਹੜਾ ਇਹਨਾਂ ਦਾ ਮੁੱਕ ਚੁੱਕਾ ਆ ਉਹ ਦੁਬਾਰਾ ਉੱਥੇ ਪੈਰ ਰਾਉਣ ਦੀ ਯਤਨ ਕਰ ਰਹੇ ਨੇ ਜ਼ਰੂਰ ਦੱਸਿਓ ਧੰਨਵਾਦ